ਤੁਸੀਂ ਦੇਖ ਰਹੇ ਹੋ ਪੰਜਾਬੀ ਸਟੂਡੀਓ, ਮੈਂ ਤੁਹਾਡਾ ਦੋਸਤ ਤੇ ਹੋਸਟ ਸੰਜੀਵ ਪਾਟਾ। ਅਸੀਂ ਹਰ ਵਾਰ ਇਹ ਨਵੀਂ ਕੋਸ਼ਿਸ਼ ਕਰੀਦੀ ਆ ਕਿ ਹਰ ਵਾਰ ਆਪਾਂ ਕੋਈ ਨਵਾਂ ਇਨਸਾਨ, ਕੋਈ ਨਵਾਂ ਸ਼ਖਸ ਆਪਣੇ ਸਟੂਡੀਓ ਅੰਦਰ ਲੈ ਕੇ ਆਈਏ, ਤਾਂ ਜਿਹੜੇ ਉਹਦੇ ਦਿਲ ਦੇ ਬਲਬਲੇ ਆ ਜਾਂ ਉਹਦੇ ਵਿਚਾਰ ਆ, ਉਹ ਤੁਹਾਡੇ ਨਾਲ ਸਾਂਝੇ ਕਰੀਏ। ਇਸੇ ਕੜੀ ਦੇ ਅੰਦਰ ਸਾਡੇ ਕੋਲ ਅੱਜ ਉਹ ਇਨਸਾਨ ਸਾਡੇ ਕੋਲ ਬੈਠਾ ਜਿਹੜਾ ਆਪਣੀਆਂ ਹਜੇ ਜੀਵਨ ਦੀਆਂ ਪਲਾਂਘਾਂ ਪੁੱਟਦਾ। ਇਸ ਬੱਚੇ ਨੇ ਹਜੇ ਆਪਣੇ 10ਵੀਂ ਦੇ ਪੇਪਰ ਦਿੱਤੇ ਆ, ਜੋ ਆਪਣੇ ਫਿਊਚਰ ਵਿੱਚ ਇਹ ਅੱਗੇ ਕਰਨਾ ਚਾਹੁੰਦਾ ਉਸ ਬਾਰੇ ਇਹਦੇ ਕੋਲੋਂ ਜਾਣਾਂਗੇ ਵੀ ਇਹਦੇ ਦਿਲੀ ਵਿਚਾਰ ਕੀ ਆ। ਪਹਿਲਾਂ ਹਾਂਜੀ, ਪਹਿਲਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਸ਼ੁਭਕਰਨ ਸਿੰਘ। ਹਾਂਜੀ, ਤੁਹਾਡਾ ਪਿੰਡ ਕਿਹੜਾ ਹੈ ਜੀ? ਮੇਰਾ ਪਿੰਡ ਢੱਡੇਵਾਲ ਮੋਹਰ ਸਿੰਘ। ਤੇ ਤੁਸੀਂ ਹੁਣ 10ਵੀਂ ਦੇ ਪੇਪਰ ਦਿੱਤੇ ਆ? ਹਾਂਜੀ। ਤੇ ਤੁਸੀਂ ਆਪਣੀ 10ਵੀਂ ਕਿੱਥੋਂ ਕੀਤੀ ਆ? ਮੈਂ ਆਪਣੀ 10ਵੀਂ ਓਕਡੇਵ ਸੀਨੀਅਰ ਸੈਕੰਡਰੀ ਸਕੂਲ ਦਾਲਮਵਾਲ ਤੋਂ ਕੀਤੀ ਹੈ ਜੀ। ਠੀਕ ਆ ਜੀ। ਤੇ ਹੁਣ ਜਿੱਦਾਂ ਜੇ ਮੈਂ ਹੁਣ ਕਹਾਂ ਬਈ ਜਦੋਂ 10ਵੀਂ ਬੇਸ ਵਾ, ਹਰੇਕ ਜਦੋਂ ਵੀ ਨਵਾਂ ਜੀਵਨ ਸਟੂਡੈਂਟ ਲਾਈਫ ਦਾ ਨਵਾਂ ਜੀਵਨ ਸ਼ੁਰੂ ਹੁੰਦਾ, 10ਵੀਂ ਨੂੰ ਬੇਸ ਮੰਨ ਕੇ ਚੱਲਦੇ ਆ ਆਪਾਂ। ਹਾਂਜੀ ਹਾਂਜੀ। ਤੁਸੀਂ 10ਵੀਂ ਤੋਂ ਅੱਗੇ ਕੀ ਕਰਨਾ ਚਾਹੁੰਦੇ ਆ, ਕੀ ਸੁਪਨੇ ਆ ਤੁਹਾਡੇ? ਦੇਖੋ ਜੀ, 10ਵੀਂ ਤੋਂ ਬਾਅਦ ਤਾਂ ਮੈਂ ਵੈਸੇ ਮੇਰਾ ਸੁਪਨਾ ਜੀ ਸ਼ੁਰੂ ਤੋਂ ਹੀ ਸੀਗਾ ਕਿ ਮੈਂ ਡਾਕਟਰ ਹੀ ਬਣਨਾ ਹੈ ਵੱਡਾ ਹੋ ਕੇ। ਤੇ ਫਿਰ 10ਵੀਂ ਤੋਂ ਬਾਅਦ ਮੈਂ ਹੁਣ ਉਹਦੇ ਲਈ ਆਪਣੇ ਡਾਕਟਰ ਦੀ ਲਾਈਨ ਦੇ ਵਿੱਚ ਹੀ ਕੰਟੀਨਿਊ ਕਰਨਾ ਚਾਹੁੰਗਾ, ਮੈਂ ਮੈਡੀਕਲ ਰੱਖਣਾ ਚਾਹੁੰਦਾ। ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਡਾਕਟਰੀ ਲਾਈਨ ਵਿੱਚ ਹੀ ਜਾਣਾ ਚਾਹੁੰਦੇ ਆ, ਕਿਉਂਕਿ ਮੋਸਟਲੀ ਬੱਚਿਆਂ ਦੇ ਉੱਤੇ ਜੇ ਮੈਂ ਗੱਲ ਕਰਾਂ ਬਈ 8ਵੀਂ ਤੋਂ ਬਾਅਦ ਮਾਪਿਆਂ ਦਾ, ਪੇਰੈਂਟਸ ਦਾ ਪ੍ਰੈਸ਼ਰ ਬਹੁਤ ਹੁੰਦਾ, ਕਿਉਂਕਿ ਬਈ ਪੇਰੈਂਟਸ ਬਹੁਤ ਕਹਿੰਦੇ ਹੁੰਦੇ ਵੀ ਆਪਣੇ ਬੱਚੇ ਨੂੰ ਵੀ ਆਪਾਂ ਆਹ ਬਣਾਉਣਾ। ਕਿਤੇ ਤੁਹਾਡੇ ਤੇ ਇਦਾਂ ਦਾ ਪ੍ਰੈਸ਼ਰ ਤਾਂ ਨਹੀਂ ਸੀ? ਨਹੀਂ ਜੀ, ਨਹੀਂ, ਮੇਰੇ ਪੇਰੈਂਟਸ ਨੇ ਮੇਰੇ ਤੇ ਕੋਈ ਪ੍ਰੈਸ਼ਰ ਹੀ ਨਹੀਂ ਪਾਇਆ, ਉਹਨਾਂ ਨੇ ਕਿਹਾ ਵੀ ਤੂੰ ਜੋ ਬਣਨਾ ਬਣ। ਠੀਕ ਆ ਜੀ। ਤੇ ਇੱਕ ਗੱਲ ਮੈਨੂੰ ਇਹ ਦੱਸੋ ਵੀ ਤੁਸੀਂ 10ਵੀਂ ਆਪਣੀ ਜਿਹੜੀ ਕੀਤੀ ਆ, ਬਈ ਜਿੱਦਾਂ ਹੁਣ ਤੁਸੀਂ ਨਵੇਂ ਸਕੂਲ ਵਿੱਚ ਜਾਓਗੇ, ਨਵੇਂ ਇੰਸਟੀਚਿਊਟ ਵਿੱਚ ਜਾਓਗੇ, ਉੱਥੋਂ ਤੁਸੀਂ ਆਪਣਾ ਫਰੈਂਡ ਸਰਕਲ ਛੱਡਣਾ ਪਿਆ ਤੁਹਾਨੂੰ, ਉਹ ਕਿੱਦਾਂ ਦਾ ਮਹਿਸੂਸ ਹੁੰਦਾ ਹੈ? ਕਿਉਂਕਿ ਜ਼ਿੰਦਗੀ ਵਿੱਚ ਜਿਹੜੇ ਦੋਸਤ ਬਹੁਤ ਕੀਮਤੀ ਹੁੰਦੇ ਆ, ਇਹ ਤੁਹਾਡੇ ਪਹਿਲੇ ਦੋਸਤ ਸੀਗੇ, ਹੁਣ ਅੱਗੇ ਤੋਂ ਅੱਗੇ ਤੁਹਾਡੇ ਹੋਰ ਦੋਸਤ ਬਣੇ, ਪਰ ਇਹਨਾਂ ਦੋਸਤਾਂ ਨੂੰ ਛੱਡਣਾ ਕਾਫੀ ਮੁਸ਼ਕਿਲ ਹੁੰਦਾ, ਇਹ ਕਿੱਦਾਂ ਦਾ ਮਹਿਸੂਸ ਕਰਦੇ ਆ ਤੁਸੀਂ? ਸ਼ੁਰੂ ਤਾਂ ਬਹੁਤ ਹੀ ਜਿੱਦਾਂ ਥੋੜਾ ਦੁੱਖ ਇਹ ਲੱਗਦਾ ਵੀ ਜਿਹੜੇ ਦੋਸਤ ਜਿਹਨਾਂ ਨਾਲ ਛੋਟੇ ਹੁੰਦੇ ਤੋਂ ਲੈ ਕੇ ਹੁਣ 10-12 ਸਾਲ ਤੱਕ ਮੈਂ ਉਹਨਾਂ ਨਾਲ ਰਿਹਾ, ਹੁਣ ਉਹਨਾਂ ਨੇ ਛੱਡਣਾ। ਪਰ ਫਿਰ ਇਹ ਵੀ ਹੈ ਕਿ ਗਾਹਾਂ ਜਾਓਗੇ, ਨਵੇਂ ਲੋਕਾਂ ਨੇ ਮਿਲੂਗੇ, ਹੋਰ ਉਹਨਾਂ ਦੇ ਨਾਲ ਸਾਡਾ ਕਨੈਕਸ਼ਨ ਹੋਊਗਾ ਤੇ ਉਹਨਾਂ ਬਾਰੇ ਜਾਣਾਂਗੇ, ਤਾਂ ਫਿਰ ਥੋੜਾ ਗਾਹਾਂ ਇੱਦਾਂ ਇਵੋਲਵ ਹੋਊਗਾ ਵੀ ਜਿੱਦਾਂ ਬਹੁਤ ਸਾਰੇ ਲੋਕਾਂ ਨੂੰ ਮਿਲਾਂਗੇ। ਇਹ ਤਾਂ ਹਲੇ ਸ਼ੁਰੂਆਤ ਹੀ ਹੈ, ਗਾਹਾਂ ਪਤਾ ਨੀ ਆਪਾਂ ਕਿੱਥੇ ਜਾਣਾ, ਤੇ ਉਦੋਂ ਵੀ ਤਾਂ ਦੋਸਤ ਰਹਿਣੇ ਹੀ ਆ, ਇਹ ਦੋਸਤ ਸਾਡੇ ਨਾਲ ਰਹਿੰਦੇ ਹੀ ਆ, ਇਹਨਾਂ ਨਾਲ ਫਿਰ ਆਪਾਂ ਬਾਅਦ ਚ ਕੰਟੈਕਟ ਹੁੰਦਾ ਹੀ ਆ, ਕਿਸੇ ਵੇਲੇ ਤਾਂ ਹੋਊਗਾ ਕੋਈ ਰੀਯੂਨੀਅਨ ਕਰਵਾਉਂਦੇ ਸਕੂਲ ਵਾਲੇ ਹੀ, ਉਦੋਂ ਤਾਂ ਮਿਲਾਂਗੇ। ਜਿੱਦਾਂ ਤੁਸੀਂ 10 ਕਲਾਸਾਂ ਇੱਕ ਸਕੂਲ ਤੋਂ ਕੀਤੀਆਂ, ਉਹਦੇ ਵਿੱਚ ਤੁਸੀਂ ਕੋਈ ਖੇਡਾਂ ਵੀ ਖੇਡਦੇ ਸੀ ਜਾਂ ਸਾਰਾ ਸਾਲ ਪੜ੍ਹਾਈ ਦੇ ਸਿਰ ਦੇ ਉੱਤੇ ਹੁੰਦੇ ਸੀ? ਨਹੀਂ ਜੀ, ਨਹੀਂ, ਮੈਂ ਸਾਰਾ ਕੁਛ ਹੀ ਖੇਡਾਂ ਵੀ ਖੇਡੀਆਂ, ਬਹੁਤ ਸਾਰੇ ਕੰਪੀਟੀਸ਼ਨ ਹੁੰਦੇ ਸੀ, ਭੰਗੜੇ ਦੇ ਕੰਪੀਟੀਸ਼ਨ ਹੁੰਦੇ ਸੀ, ਉਹਨਾਂ ਵਿੱਚ ਵੀ ਮੈਂ ਪਾਰਟ ਲਿਆ, ਤੇ ਪੜ੍ਹਾਈ ਵੀ ਕਰੀ ਦੀ ਸੀ, ਪਰ ਨਾਲ ਨਾਲ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਰੱਖੀਦਾ ਹੈਗਾ। ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡਾ ਪਿੰਡ ਢੱਡੇ ਆ, ਉੱਥੋਂ ਵੀ ਤੁਹਾਡੇ ਨਾਲ ਕੋਈ ਸਾਥੀ ਸੀਗਾ, ਸਟੂਡੈਂਟ ਸੀਗਾ ਜਿਹੜਾ ਬੱਸ ਵਿੱਚ ਤੁਸੀਂ ਇਕੱਠੇ ਜਾਂਦੇ ਹੋਵੋਗੇ? ਹਾਂਜੀ, ਮੇਰੇ ਨਾਲ ਮੇਰਾ ਦੋਸਤ ਹੀ ਸੀਗਾ, ਮੈਂ ਬਚਪਨ ਤੋਂ ਹੀ ਉਹਦੇ ਨਾਲ ਹੀ ਖੇਡਿਆ, ਤੇ ਮੇਰਾ ਸਾਥੀ ਸੀਗਾ ਉਹਦਾ ਨਾਂ ਸੁਭਾਸ਼, ਤੇ ਮੈਂ ਉਹਦੇ ਨਾਲ ਹੀ ਸਕੂਲ ਗਿਆ ਪਹਿਲੀ ਵਾਰ ਵੀ ਜਦੋਂ ਗਿਆ। ਤੇ ਜਿੱਦਾਂ ਹੁਣ ਉਹ ਸੁਭਾਸ਼ ਵੀ ਤੁਹਾਡੇ ਨਾਲ ਜਾਣਾ ਚਾਹੁੰਦਾ ਅਗਲੀ ਇੰਸਟੀਚਿਊਟ ਦੇ ਵਿੱਚ ਜਾਂ ਨਹੀਂ? ਨਹੀਂ ਜੀ, ਉਹ ਨਾਲ ਤਾਂ ਨਹੀਂ ਜਾਣਾ ਚਾਹੁੰਦਾ, ਪਰ ਉਹ ਉੱਥੇ ਆਪਣੀ ਸਟੱਡੀ ਜਿਹੜੀ ਕੰਟੀਨਿਊ ਕਰਨਾ ਚਾਹੁੰਦਾ ਹੈ ਤੇ ਉਹ ਉੱਥੇ ਕਰੇਗਾ। ਤੇ ਤੁਸੀਂ ਉਹਨੂੰ ਗਾਈਡ ਨਹੀਂ ਕੀਤਾ ਵੀ ਆਪਣਾ ਫਿਊਚਰ ਜਿਹੜਾ ਅੱਗੇ ਇਸ ਲਾਈਨ ਵਿੱਚ ਜਾਣਾ ਚਾਹੀਦਾ ਸਾਨੂੰ? ਨਹੀਂ, ਉਹਦਾ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਵੀ ਜਿੱਦਾਂ ਮੇਰੀ ਮੇਰੇ ਫਿਊਚਰ ਮੇਰੀ ਲਾਈਨ ਚ ਵੀ ਫਿਊਚਰ ਹੈਗਾ, ਪਰ ਨਹੀਂ, ਉਹਦਾ ਆਪਣਾ ਕੋਈ ਫਿਊਚਰ ਹੈ,
ਬਿਜ਼ਨਸ ਉਹਨੇ ਕੰਟੀਨਿਊ ਕਰਨਾ, ਬਿਜ਼ਨਸ ਸਟੱਡੀਜ਼, ਤੇ ਉਹਦੇ ਲਈ ਉਹਨੇ ਆਪਣਾ ਸਕੂਲ ਹੀ ਬੈਸਟ ਉਹਨੂੰ ਲੱਗਾ ਤੇ ਉਹਦੇ ਵਿੱਚ ਹੀ ਹੁਣ ਕਰੇਗਾ। ਜਿੱਦਾਂ ਹੁਣ ਜੇ ਗੱਲ ਕਰਾਂ ਵੀ ਤੁਸੀਂ ਜਦੋਂ ਆਪਾਂ ਪੜ੍ਹਦੇ ਸੀ, ਆਪਾਂ ਤੱਪੜਾਂ ਵਾਲੇ ਸਕੂਲ 'ਚ ਕਹਿ ਸਕਦੇ, ਜਿਹੜੇ ਪ੍ਰਾਇਮਰੀ ਹਾਂਜੀ ਹਾਂਜੀ ਸਰਕਾਰੀ ਸਕੂਲ ਹੁੰਦੇ ਸੀ, ਹਾਂਜੀ ਤੁਸੀਂ ਉਹ ਯੁੱਗ ਨਹੀਂ ਦੇਖਿਆ, ਨਵਾਂ ਜ਼ਮਾਨਾ ਆ ਗਿਆ। ਹੁਣ ਬੱਚਿਆਂ ਦੇ ਉੱਤੇ ਵੀ ਪੜ੍ਹਾਈ ਦਾ ਬਹੁਤ ਪ੍ਰੈਸ਼ਰ ਵਾ, ਬਹੁਤ ਜ਼ਿਆਦਾ। ਤੁਸੀਂ ਜਿਹੜੇ 10 ਸਾਲ ਪੜ੍ਹੇ ਆ, ਕੋਈ ਟਿਊਸ਼ਨ ਲਈ ਸੀ ਆਪਣੇ ਕਿਸੇ ਸਬਜੈਕਟ ਦੀ ਵੀ? ਨਹੀਂ ਟਿਊਸ਼ਨ, ਮੈਂ ਸੱਚੀ ਗੱਲ ਕਹਿਣਾ ਵੀ ਮੈਂ ਕੋਈ ਇਦਾਂ ਟਿਊਸ਼ਨ ਨਹੀਂ ਲਈ ਵੀ ਮੈਂ ਸਿਰਫ ਇੱਕ 9th ਦੇ ਵਿੱਚ ਮੈਨੂੰ ਬੇਸ ਕਲੀਅਰ ਕਰਨ ਲਈ ਮੈਂ ਸਿਰਫ 2 ਮਹੀਨੇ ਦੀ ਮੈਥ ਦੀ ਟਿਊਸ਼ਨ ਲਈ ਸੀ, ਉਦਾਂ ਕੋਈ ਟਿਊਸ਼ਨ ਨਹੀਂ ਤੇ ਕਰੀ। ਚਲੋ ਜੇ ਮੈਂ ਤੁਸੀਂ ਆਪਣੇ ਹਾਣ ਮੇਲਦਿਆਂ ਤੋਂ ਪੁੱਛਦੇ ਹੋਵੋਗੇ, ਉਹ ਫਿਰ ਜਿਹੜੇ ਤੁਹਾਡੇ ਹਾਣ ਮੇਲ ਜਿਹਦਾ 10ਵੀਂ ਵਿੱਚ ਕਈਆਂ ਨੇ ਟਿਊਸ਼ਨ ਰੱਖੀ ਹੋਣੀ, ਉਹ ਕੀ ਸੋਚ ਕੇ ਬੱਚੇ ਟਿਊਸ਼ਨ ਲੈਂਦੇ ਆ? ਮੈਂ ਪੁੱਛਿਆ ਕਿ ਇਦਾਂ ਕਈਆਂ ਨੂੰ ਪੁੱਛਦੇ ਹੁੰਦੇ ਤਾਂ ਵੀ ਮੈਨੂੰ ਨਹੀਂ ਪਤਾ ਲੱਗਦਾ ਵੀ ਉਹ ਕਿਉਂ ਟਿਊਸ਼ਨ ਲੈਂਦੇ, ਕਿਉਂਕਿ ਜੇ ਟਿਊਸ਼ਨ ਲੈ ਕੇ ਫਿਰ ਵੀ ਉਹਨਾਂ ਨੇ ਕਰਨਾ ਤਾਂ ਇੱਕ ਦੂਜੇ ਤੋਂ ਪੁੱਛ ਪੁੱਛ ਕੇ ਹੀ ਆ। ਟਿਊਸ਼ਨ ਲੈ ਕੇ ਬੇਸ ਜੇ ਉਹਨਾਂ ਨੇ ਬਾਅਦ ਚ ਕਲੀਅਰ ਵੀ ਕਰਨਾ, ਉਹ ਵੀ ਜਾ ਕੇ ਟੀਚਰ ਤੇ ਕਲੀਅਰ ਕਰਨਾ। ਟਿਊਸ਼ਨ ਤੇ ਪਤਾ ਨਹੀਂ, ਕਈਆਂ ਨੇ ਤਾਂ ਮੈਂ ਦੇਖਿਆ ਹੈਗਾ ਵੀ ਮੇਰੇ ਕੁਛ ਦੋਸਤ ਹੁੰਦੇ ਸੀ, ਉਹਨਾਂ ਨੇ ਤਾਂ 5-5 ਸਬਜੈਕਟਾਂ ਦੀ ਟਿਊਸ਼ਨ ਲੱਗੀਆਂ ਹੁੰਦੀਆਂ ਸੀ, ਜਾਂ ਕਿਸੇ ਨੇ ਇੱਕ ਹੀ ਸਬਜੈਕਟ ਦੀ ਟਿਊਸ਼ਨ 2-3 ਥਾਵਾਂ ਤੇ ਰੱਖੀ ਹੁੰਦੀ ਸੀ, ਤੇ ਫਿਰ ਪਤਾ ਨਹੀਂ ਜਾਣੀ ਕਿ ਲੱਗਦੀ। ਇਹ ਕਹਿ ਸਕਦੇ ਵੀ ਉਹਨਾਂ ਬੱਚਿਆਂ ਵਿੱਚ ਕੰਫੀਡੈਂਸ ਨਹੀਂ, ਕੰਫੀਡੈਂਸ ਦੀ ਘਾਟ ਵਾ, ਕਿਉਂਕਿ ਹਾਂਜੀ ਤੁਸੀਂ ਸਾਡੇ ਸਕੂਲ ਵਿੱਚ ਵੀ ਪੜ੍ਹਾਈ ਤਾਂ ਪ੍ਰੋਪਰ ਕਰਾਉਂਦੇ ਹੋਣਗੇ ਹਾਂਜੀ ਟੀਚਰ, ਹਾਂਜੀ ਹਾਂਜੀ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਬੱਚੇ ਟਿਊਸ਼ਨ ਕਿਉਂ ਰੱਖਦੇ ਆ, ਫਿਰ ਇੱਕ ਲੈਕ ਆਫ ਕੰਫੀਡੈਂਸ ਹੀ ਹੋ ਗਿਆ। ਇਹ ਲੈਕ ਆਫ ਕੰਫੀਡੈਂਸ ਵੀ, ਪਰ ਕਈਆਂ ਦੇ ਜਿਨ੍ਹਾਂ ਦੇ ਟਿਊਸ਼ਨ ਤਾਂ ਵੈਸੇ ਬੱਚੇ ਉਦੋਂ ਰੱਖਦੇ ਵੀ ਜਦੋਂ ਉਹਨਾਂ ਦੇ ਪੇਰੈਂਟਸ ਨੂੰ ਨਹੀਂ ਪਤਾ, ਨਹੀਂ ਗਾਈਡ ਕਰ ਸਕਦੇ ਤਾਂ ਟਿਊਸ਼ਨ ਕੋਲ ਚਲ ਜਾਂਦੇ ਆ, ਪਰ ਅੱਜ ਕੱਲ੍ਹ ਤਾਂ ਕਲਚਰ ਹੀ ਬਣ ਗਿਆ ਜਿਹੜਾ ਵੀ ਆ, ਕੋਈ ਨਾ ਹਰੇਕ ਬੰਦਾ ਟਿਊਸ਼ਨ ਹੀ ਜਾਏਗਾ, ਟਿਊਸ਼ਨ ਹੀ। ਜਿੱਦਾਂ ਹੁਣ ਤੁਸੀਂ ਆਪਣੇ ਲੋਕਲ ਸਕੂਲ ਵਿੱਚ ਪੜ੍ਹਦੇ ਸੀ, ਹਾਂਜੀ, ਹੁਣ ਜਿੱਦਾਂ ਤੁਸੀਂ ਕਿਹਾ ਵੀ ਮੈਂ ਆਪਣੇ ਮੈਡੀਕਲ ਲਾਈਨ ਵਿੱਚ ਜਾਣਾ, ਕਿਉਂਕਿ ਤੁਹਾਨੂੰ ਪਤਾ ਮੈਡੀਕਲ ਵਿੱਚ ਜਾਣ ਲਈ ਤੁਹਾਨੂੰ ਕਿਤੇ ਬਾਹਰ ਇੰਸਟੀਚਿਊਟ ਵਿੱਚ ਜਾਣਾ ਪਊਗਾ। ਹਾਂਜੀ, ਇਹ ਤਾਂ ਹੈ ਨਹੀਂ ਵੀ ਤੁਸੀਂ ਘਰ ਦੇ ਵਿੱਚੋਂ ਰੋਜ਼ ਉੱਠ ਕੇ ਚਲ ਜਾਓ ਜਿੱਦਾਂ ਸਕੂਲੇ ਜਾਂਦੇ ਸੀਗੇ। ਕੀ ਤੁਸੀਂ ਪ੍ਰਪੇਅਰ ਹੋ ਵੀ ਆਪਣੇ ਘਰਦਿਆਂ ਤੋਂ ਬਗੈਰ ਰਹਿ ਸਕਦੇ ਆ? ਪ੍ਰਪੇਅਰ, ਚਲੋ ਹਲੇ 2 ਸਾਲ ਤਾਂ ਹੈ ਪ੍ਰਪੇਅਰ ਹੋ ਰਹੇ, 2 ਸਾਲਾਂ ਦੇ ਵਿੱਚ ਪ੍ਰਪੇਅਰ ਹੀ ਹੋਣਾ, ਪਰ ਜੇ ਤੁਸੀਂ ਪੜ੍ਹਨਾ ਤੇ ਤੁਹਾਨੂੰ ਇਦਾਂ ਦੇ ਕਰਨਾ ਹੀ ਪੈਣਾ, ਸੈਕਰੀਫਾਈਸ ਕੁਛ ਤਾਂ ਵੀ ਦੂਰ ਤਾਂ ਰਹਿਣਾ ਹੀ ਪੈਣਾ ਜੇ ਵਧੀਆ ਲੈਣਾ ਹੈ ਤੁਸੀਂ। ਤੁਸੀਂ ਕਿਹਾ ਮੈਂ ਮੈਡੀਕਲ ਲਾਈਨ ਵਿੱਚ ਜਾਣਾ, ਲਾਈਨਾਂ ਦਾ ਆਪਸ਼ਨ ਦਾ ਤੁਹਾਡੇ ਤੋਂ ਹੋਰ ਵੀ ਬਹੁਤ ਆ, IAS IPS, ਉਹਦੇ ਬਾਰੇ ਨਹੀਂ ਤੁਸੀਂ ਸੋਚਿਆ ਸੀ? ਇਕੱਲਾ ਮੈਡੀਕਲ ਲਾਈਨ ਵਾਲੀ ਹੀ ਸੋਚਿਆ ਸੀ ਤੁਸੀਂ? ਮੈਂ ਸੱਚੀ ਗੱਲ, ਮੈਂ ਮੈਡੀਕਲ ਲਾਈਨ ਬਾਰੇ ਸੋਚਿਆ, IAS IPS ਵਾਲੇ ਫਿਲਹਾਲ ਨਹੀਂ ਸੋਚਿਆ। ਜੇ ਮੈਡੀਕਲ ਲਾਈਨ ਦੇ ਵਿੱਚ ਵੀ ਜਿੱਦਾਂ ਕੋਈ ਆਉਂਦਾ ਤੇ ਸ਼ਾਇਦ ਮੈਂ ਉਹਦੇ ਵਿੱਚ ਵੀ ਇਦਾਂ ਕਰ ਸਕਦਾ। ਤੁਹਾਡੇ ਮੈਂ ਵਿਚਾਰਾਂ ਤੋਂ ਇਹ ਜਾਣਿਆ ਵੀ ਤੁਸੀਂ ਮੈਡੀਕਲ ਲਾਈਨ ਵਾਲੇ ਪਾਸੇ ਜਾਣਾ, ਕੋਈ ਰੋਲ ਮਾਡਲ ਸੀ ਤੁਹਾਡੀ ਜ਼ਿੰਦਗੀ ਵਿੱਚ ਵੀ ਤੁਸੀਂ ਉਹਦੇ ਵੱਲ ਦੇਖ ਕੇ ਸੋਚਿਆ ਹੋਵੇ ਮੈਂ ਆਹ ਪ੍ਰੋਫੈਸ਼ਨ ਹੀ ਆਪਣਾ ਅਪਣਾਉਣਾ ਹੈ? ਮੇਰਾ ਜਿਹੜਾ ਬੱਚਿਆਂ ਦਾ ਡਾਕਟਰ ਸੀਗਾ, ਜਿਹੜਾ ਮੇਰਾ ਡਾਕਟਰ ਸੀ, ਮੈਂ ਉਹਨੂੰ ਹੀ ਦੇਖਿਆ ਹੈਗਾ, ਤੇ ਮੈਨੂੰ ਸੀਗਾ ਵੀ ਜਿੱਦਾਂ ਉਹ ਡਾਕਟਰ ਸੀਗਾ ਉਹ ਤੋਂ ਬਹੁਤ ਰੱਛ ਹੁੰਦਾ ਹੈਗਾ, ਮੈਂ ਕਿਹਾ ਮੇਰੇ ਤੋਂ ਵੀ ਇੱਦਾਂ ਥੋੜਾ ਹੋਵੇ, ਪਰ ਜੇ ਇਹ ਵਿੱਚ ਇੱਦਾਂ ਵੀ ਆਏਗਾ ਵੀ ਉਹਦੇ ਕੋਲ ਬੜਾ ਪੈਸਾ, ਉਹ ਮੇਰੇ ਵਿੱਚ ਵੀ ਉਹ ਖਿਆਲ ਆਏ ਵੀ ਪੈਸਾ ਜੀ ਡਾਕਟਰੀ ਨਹੀਂ। ਵਿੱਚ ਮੈਂ ਪੈਸਾ ਇਹੀ ਗੱਲ ਜਾਣਨਾ ਚਾਹੁੰਦਾ ਸੀਗਾ ਤੇ ਤੁਸੀਂ ਕਿਹਾ ਵੀ ਤੁਹਾਡੇ ਕੋਲ ਵੀ ਆਉਣ, ਕਿਤੇ ਨਾ ਕਿਤੇ ਜਿਹੜਾ ਮੈਡੀਕਲ ਪ੍ਰੋਫੈਸ਼ਨ ਆ ਤੁਸੀਂ ਉਹਦੇ ਵੱਲ ਨੂੰ ਕਿਤੇ ਪੈਸੇ ਕਰਕੇ ਤਾਂ ਨਹੀਂ ਚੱਲੇ ਹੈਗੇ ਵੀ ਉਹਦੇ 'ਚ ਪੈਸਾ ਬਹੁਤ ਆ ਉਸ ਪ੍ਰੋਫੈਸ਼ਨ ਦੇ ਵਿੱਚ? ਸ਼ੁਰੂ ਸ਼ੁਰੂ 'ਚ ਤਾਂ ਸੀਗਾ, ਪਰ ਨਹੀਂ ਹੁਣ ਮੈਂ ਮੈਡੀਕਲ ਆ ਵੀ ਇੱਕ ਤਰ੍ਹਾਂ ਲੋਕਾਂ ਦੀ ਸੇਵਾ ਹੀ ਕਰ ਰਹੇ ਹਾਂ ਆਪਾਂ, ਜਿੱਦਾਂ ਕਿਉਂਕਿ ਡਾਕਟਰੀ ਬਾਅਦ 'ਚ, ਕਿਉਂਕਿ ਜਦੋਂ ਬੰਦਾ ਹਸਪਤਾਲ ਜਾਂਦਾ ਉਹਦੇ ਲਈ ਡਾਕਟਰੀ ਉਹਦਾ ਭਗਵਾਨ ਹੁੰਦਾ, ਤੇ ਜਦੋਂ ਫਿਰ ਜਿੱਦਾਂ ਕਿਸੇ ਨੂੰ ਬਚਾਓ ਤਾਂ ਉਹਦੇ ਲਈ ਖੁਸ਼ੀ ਵੀ ਮਿਲਦੀ ਹੈ ਆਪਣੇ ਆਪਣੇ ਆਪ ਨੂੰ, ਤੇ ਇਸ ਕਰਕੇ ਹੁਣ ਮੈਡੀਕਲ ਲਾਈਨ ਸਿਰਫ ਇਸੇ ਕਰਕੇ ਵੀ ਮੈਂ ਕੁਝ ਕਰਨਾ ਚਾਹੁੰਦਾ। ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਮੈਡੀਕਲ ਫੀਲਡ ਵਿੱਚ ਜਾਣਾ, ਹਾਂਜੀ, ਕਿਉਂਕਿ ਮੈਡੀਕਲ ਫੀਲਡ ਵਿੱਚ ਬੰਦਾ ਉਦੋਂ ਤੱਕ ਟਰਾਈ ਨਹੀਂ ਕਰਦਾ ਜਦੋਂ ਤੱਕ ਉਹਨੂੰ ਫੈਮਿਲੀ ਸਪੋਰਟ ਨਹੀਂ, ਫੈਮਿਲੀ ਸਪੋਰਟ ਤੁਹਾਨੂੰ ਹੈਗੀ ਤੁਸੀਂ ਦੱਸ ਚੁੱਕੇ ਹਾਂ, ਹਾਂਜੀ, ਕੀ ਤੁਹਾਡੀ ਫੈਮਿਲੀ ਦੇ ਵਿੱਚ ਇਸ ਤੋਂ ਪਹਿਲਾਂ
ਕੋਈ ਮੈਡੀਕਲ ਫੀਲਡ ਵਿੱਚ ਗਿਆ? ਨਹੀਂ, ਮੇਰੀ ਫੈਮਿਲੀ 'ਚ ਇਸ ਤੋਂ ਪਹਿਲਾਂ ਕੋਈ ਨਹੀਂ ਸੀ ਮੈਡੀਕਲ ਫੀਲਡ 'ਚ, ਪਰ ਮੇਰੇ ਪੇਰੈਂਟਸ ਨੇ ਮੈਨੂੰ ਕਿਹਾ ਵੀ ਤੂੰ ਜੋ ਕਰਨਾ ਤੂੰ ਕਰ, ਤੇ ਉਹ ਮੇਰੇ ਪੇਰੈਂਟਸ ਜਿਹੜੇ ਦੋਨੇ ਮੰਮੀ ਡੈਡੀ ਉਹ ਟੀਚਰ ਆ, ਤੇ ਉਹਨਾਂ ਨੇ ਮੈਨੂੰ ਕਦੀ ਫੋਰਸ ਨਹੀਂ ਕੀਤਾ ਵੀ ਜੇ ਆਪਾਂ ਟੀਚਰ ਤੂੰ ਵੀ ਟੀਚਰ ਬਣ, ਉਹਨਾਂ ਨੇ ਕਿਹਾ ਤੂੰ ਜੋ ਕਰਨਾ ਕਰ, ਅਸੀਂ ਤੇਰੇ ਨਾਲ ਹਾਂ। ਜਿੱਦਾਂ ਹੁਣ ਤੁਹਾਨੂੰ ਵੀ ਪਤਾ ਵੀ ਤੁਸੀਂ ਹੁਣ ਬੱਚੇ ਨਹੀਂ ਰਹੇ ਕਿਉਂਕਿ ਤੁਸੀਂ ਆਪਣਾ ਪ੍ਰੋਫੈਸ਼ਨ ਚੁਣ ਲਿਆ, ਤੁਸੀਂ ਸਿਆਣਿਆਂ ਵਿੱਚ ਆ ਗਏ, ਤੁਹਾਨੂੰ ਪਤਾ ਵੀ ਇੰਡੀਆ ਦੇ ਵਿੱਚ ਜਿਹੜਾ ਮੈਡੀਕਲ ਦੀ ਪੜ੍ਹਾਈ ਆ ਬਹੁਤ ਟਫ ਵੀ ਕਹਿ ਸਕਦੇ ਹਾਂ, ਐਕਸਪੈਂਸਿਵ ਵੀ ਕਹਿ ਸਕਦੇ ਹਾਂ। ਜੇ ਤਾਂ ਕਿਸੇ ਸਰਕਾਰੀ ਇੰਸਟੀਚਿਊਟ ਵਿੱਚ ਸੀਟ ਮਿਲ ਜਾਵੇ, ਜੇ ਤੁਹਾਡਾ ਲੱਕ ਹੋ ਸਕਦਾ ਜਾਂ ਤੁਹਾਡੀ ਮਿਹਨਤ ਆ, ਫਿਰ ਤਾਂ ਚਲੋ ਠੀਕ ਠੀਕ ਜਿਹੇ ਪੈਸੇ ਦੇ ਵਿੱਚ ਇੱਕ ਵਧੀਆ ਡਾਕਟਰ MBBS ਡਾਕਟਰ ਜਾਂ MD ਕਰ ਲੈਂਦੇ ਹਾਂ। ਪਰ ਜੇ ਤੁਹਾਨੂੰ ਕਿਤੇ ਪ੍ਰਾਈਵੇਟ ਕਾਲਜ ਵਿੱਚ ਐਡਮਿਸ਼ਨ ਲੈਣੀ ਪਈ, ਉਹਦੇ ਖਰਚੇ ਬਹੁਤ ਆ। ਹਾਂਜੀ, ਕੀ ਤੁਹਾਡੀ ਫੈਮਿਲੀ ਇਹ ਖਰਚੇ ਅਫੋਰਡ ਕਰ ਸਕਦੀ ਆ? ਦੇਖੋ ਜੀ, ਮੇਰੀ ਫੈਮਿਲੀ ਨੇ ਇਹੀ ਕਿਹਾ ਵੀ ਤੂੰ ਜੋ ਬਣਨਾ ਬਣ, ਅਸੀਂ ਤੇਰੇ ਨਾਲ ਆ, ਜੋ ਜਿੰਨੇ ਲੱਗਣਗੇ ਆਪਾਂ ਕਰਾਂਗੇ, ਤੇਰੀ ਪੂਰੀ ਹੈਲਪ ਕਰਾਂਗੇ, ਉਹਨਾਂ ਨੇ ਇਹੀ ਕਿਹਾ। ਤੇ ਇਸੇ ਕਰਕੇ ਮੈਡੀਕਲ ਫੀਲਡ ਦੇ ਵਿੱਚ ਮੈਂ ਜਾਣਾ ਚਾਹੁੰਦਾ। ਹੁਣ ਤੁਹਾਡਾ 10ਵੀਂ ਦਾ ਰਿਜ਼ਲਟ ਆਉਣਾ, ਹਾਂਜੀ, 8ਵੀਂ ਤੱਕ ਤੁਹਾਡੇ ਕਿੰਨੇ ਪਰਸੈਂਟ ਮਾਰਕਸ ਆਉਂਦੇ ਰਹੇ ਆ? ਮੇਰੇ 8ਵੀਂ ਤੱਕ 98% ਤੱਕ ਤਾਂ ਆਉਂਦੇ ਰਹੇ ਆ, 98 ਤੁਹਾਡਾ CBSE ਬੋਰਡ? ਹਾਂਜੀ ਹਾਂਜੀ। ਤੇ ਤੁਸੀਂ 10ਵੀਂ ਚ ਕਿੰਨੇ ਕ ਆਪਣੇ ਆਪ ਨੂੰ ਜਾਣੀ ਕਿ ਦੇਖਦੇ ਮੈਂ ਇੰਨੇ ਕੁ ਪਰਸੈਂਟ ਨੰਬਰ ਲੈ ਕੇ ਜਾਊਂਗਾ? ਮੈਂ 95% ਤੱਕ ਤਾਂ ਮੇਰਾ ਹੈਗਾ ਗੋਲ ਵੀ ਮੈਂ ਉਹ ਲੈ ਕੇ ਅਚੀਵ ਕਰ ਸਕਦਾ। ਇਹ ਤਾਂ ਤੁਹਾਡੀ ਚਲੋ ਸਟੱਡੀ ਵਾਲੀ ਲਾਈਫ ਸੀ, ਹੁਣ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੀ ਫੈਮਿਲੀ ਦੇ ਤੌਰ ਤੇ ਵੀ ਜਿੱਦਾਂ ਤੁਸੀਂ ਬੱਚੇ ਆ, ਅੱਜ ਕੱਲ੍ਹ ਜਿਹੜੇ ਬੱਚੇ ਆ ਉਹ ਆਪਣੇ ਜਿੱਦਾਂ ਦਾਦਾ ਦਾਦੀ ਨਾਨਾ ਨਾਨੀ ਤੋਂ ਦੂਰ ਜਾ ਰਹੇ ਆ, ਤੁਸੀਂ ਕੀ ਸਮਝਦੇ ਤੁਹਾਡੇ ਘਰ ਵਿੱਚ ਦਾਦਾ ਦਾਦੀ ਨਾਨਾ ਨਾਨੀ ਹੈਗੇ ਆ, ਵੀ ਤੁਸੀਂ ਉਹਨਾਂ ਨਾਲ ਕਿੱਦਾਂ ਸਮਾਂ ਬਤੀਤ ਕਰਦੇ ਆ? ਆਪਾਂ ਤਾਂ ਉਹਨਾਂ ਨਾਲ ਹੀ ਰਹੀਦਾ, ਕਿਉਂਕਿ ਜਿਹੜੇ ਮੇਰੇ ਪੇਰੈਂਟਸ ਆ ਉਹ ਤਾਂ ਬਾਹਰ ਹੀ ਹੁੰਦੇ ਸਕੂਲ ਦੇ ਵਿੱਚ, ਤੇ ਉਹਨਾਂ ਤੋਂ ਬਾਅਦ ਜਿਹੜਾ ਆਪਾਂ ਘਰ ਹੋਈਦਾ, ਤੇ ਆਪਣੇ ਗ੍ਰੈਂਡ ਪੇਰੈਂਟਸ ਨਾਲ ਹੀ ਰਹੀਦਾ। ਮੇਰੇ ਦਾਦਾ ਦਾਦੀ ਜੀ ਮੇਰੇ ਨਾਲ ਹੀ ਰਹਿੰਦੇ ਆ, ਤੇ ਆਪਾਂ ਉਹਨਾਂ ਨਾਲ ਇੱਦਾਂ ਉਹਨਾਂ ਨਾਲ ਮਜ਼ਾਕ ਕਰੀਦਾ ਆ, ਉਹਨਾਂ ਨੂੰ ਇੱਦਾਂ ਉਹਨਾਂ ਨਾਲ ਗੱਲਾਂ ਬਾਤਾਂ ਕਰੀਦੀਆਂ, ਉਹਨਾਂ ਦੇ ਨਾਲ ਹੀ ਰਹੀਦਾ। ਮੈਂ ਤਾਂ ਇਨਫੈਕਟ ਮੈਂ ਉਹਨਾਂ ਨਾਲ ਜਦੋਂ ਮੈਂ ਰਾਤ ਨੂੰ ਸੌਂਦਾ ਮੈਂ ਆਪਣੀ ਦਾਦੀ ਨਾਲ ਹੀ ਸੌਂਦਾ, ਉਹਨਾਂ ਦੇ ਕਮਰੇ ਵਿੱਚ ਹੀ ਸੌਂਦਾ। ਜਾਣੀ ਕਿ ਤੁਹਾਡਾ ਵਧੀਆ ਪਿਆਰ ਵਾ ਜਿਹੜਾ, ਜਾਣੀ ਕਿ ਬਈ ਬਚਪਨ ਵਿੱਚ ਤੁਹਾਨੂੰ ਦਾਦਾ ਦਾਦੀ ਨੇ ਸਾਂਭਿਆ। ਹਾਂਜੀ, ਜਿੱਦਾਂ ਜੇ ਗੱਲ ਕਰੀਏ ਵੀ ਪੰਜਾਬ ਵਿੱਚ ਪਹਿਲਾਂ 5 ਦਰਿਆ ਵਗਦੇ ਸੀ, ਹਾਂਜੀ, ਫਿਰ 6ਵਾਂ ਦਰਿਆ ਜਿਹੜਾ ਉਹ ਨਸ਼ਿਆਂ ਦਾ ਵਗਣ ਲੱਗ ਪਿਆ, ਹੁਣ ਇੱਕ 7ਵਾਂ ਦਰਿਆ ਵਗਦਾ ਆਈਲੈਟਸ ਵਾਲਿਆਂ ਦਾ। ਹਰੇਕ ਬੱਚਾ 10ਵੀਂ ਤੋਂ ਬਾਅਦ ਪਲੱਸ 2 ਤੋਂ ਬਾਅਦ ਆਈਲੈਟਸ ਕਰਕੇ ਬਾਹਰ ਜਾਣਾ ਚਾਹੁੰਦਾ। ਤੁਹਾਡਾ ਨੀ ਮਨ ਕੀਤਾ ਵੀ ਤੁਸੀਂ ਬਾਹਰ ਜਾਓ, ਤੁਸੀਂ ਮੈਡੀਕਲ ਫੀਲਡ ਨੂੰ ਚੁਣਨਾ ਚਾਹੁੰਦੇ ਆ? ਮੈਂ ਕਦੀ ਸੋਚਿਆ ਹੀ ਨਹੀਂ ਬਾਹਰ ਜਾਣ ਬਾਰੇ, ਮੈਂ ਸੱਚੀ ਗੱਲ ਦੱਸਾਂ, ਮੈਂ ਕਦੀ ਸੋਚਿਆ ਹੀ ਨਹੀਂ ਵੀ ਬਾਹਰ ਜਾਣ ਬਾਰੇ। ਮੇਰੇ ਨਾਲ ਦੇ ਬਹੁਤ ਸਾਰੇ ਕਹਿੰਦੇ ਵੀ ਅਸੀਂ ਤਾਂ ਬਾਹਰ ਹੀ ਜਾਣਾ, ਸਾਡੇ ਇਨਫੈਕਟ ਅੱਜ ਕੱਲ੍ਹ ਦੇ ਸਕੂਲ ਦੇ ਟੀਚਰ ਆ ਨਾ ਉਹ ਵੀ ਇਹੀ ਗੱਲ ਸ਼ੁਰੂ ਕਰਦੇ ਆ, ਜੇ ਤੁਹਾਡਾ ਇੱਥੇ ਇੰਨਾ ਬੁਰਾ ਹਾਲ ਤੁਸੀਂ ਬਾਹਰ ਜਾ ਕੇ ਕੀ ਕਰੋਗੇ? ਉਹ ਜਿੱਦਾਂ ਅੱਜ ਕੱਲ੍ਹ ਬਣ ਗਿਆ ਬਾਹਰ ਜਾਣਾ ਬਾਹਰ ਜਾਣਾ, ਪਰ ਬਾਹਰ ਜਾ ਕੇ ਵੀ ਕੀ ਆ? ਤੁਸੀਂ ਆਪਣੇ ਦੇਸ਼ ਲਈ ਕੁਛ ਕਰੋ, ਆਪਣੀ ਦੇਸ਼ ਦੀ ਇਕੋਨਮੀ ਵਿੱਚ ਹਿੱਸਾ ਪਾਓ, ਬਾਹਰ ਜਾ ਕੇ ਕੀ ਕਰਨਾ? ਜਿੱਦਾਂ ਬਹੁਤੇ ਜਿਹੜੇ ਤੁਸੀਂ ਕਿਹਾ ਵੀ ਤੁਹਾਡੇ ਪੇਰੈਂਟਸ ਸਰਕਾਰੀ ਟੀਚਰ ਆ, ਜੇ ਮੈਂ ਗੱਲ ਕਰਾਂ ਬਈ 50% ਜਿਹੜੇ ਜਾਣੀ ਕਿ ਪੇਰੈਂਟਸ ਟੀਚਰ ਉਹਨਾਂ ਦੇ ਬੱਚੇ ਬਾਹਰ ਆ, ਵੈਲ ਸੈਟਲ ਕਹਿ ਸਕਦੇ ਹਾਂ ਕਿਉਂਕਿ ਚਲੋ ਠੀਕ ਆ ਉਹਨਾਂ ਤੋਂ ਜਾਣੀ ਕਿ ਉਹਨਾਂ ਨੇ ਮਨੀ ਲਾ ਦਿੱਤੀ ਆਪਣੇ ਨਿਆਣਿਆਂ ਦੇ ਉੱਤੇ, ਉਹ ਸੈਟਲ ਵੀ ਹੋ ਗਿਆ। ਤੁਹਾਡੇ ਪੇਰੈਂਟਸ ਨੇ ਕਦੀ ਇੱਦਾਂ ਮਾੜਾ ਮੋਟਾ ਕਿਤੇ ਉਹਨਾਂ ਦਿਲ 'ਚ ਹੋਵੇ ਵੀ ਤੂੰ ਸਾਡਾ ਬੱਚਾ ਵੀ ਬਾਹਰ ਹਾਇਰ ਸਟੱਡੀ ਲਈ ਬਾਹਰ ਜਾਵੇ, ਕੈਨੇਡਾ ਅਮਰੀਕਾ ਜਾਵੇ? ਮੇਰੇ ਪੇਰੈਂਟਸ ਟੀਚਰ ਆ, ਉਹਨਾਂ ਨੂੰ ਜਿੱਦਾਂ ਪਤਾ ਐਜੂਕੇਸ਼ਨ ਸਿਸਟਮ ਬਾਰੇ ਪਤਾ, ਉਹਨਾਂ ਨੂੰ ਇਹ ਪਤਾ ਵੀ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ ਉਹ ਕਹਿੰਦੇ ਵੀ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ ਉਹ ਬਾਹਰਲੇ ਐਜੂਕੇਸ਼ਨ ਸਿਸਟਮ ਨਾਲੋਂ ਬੈਸਟ ਵਾ। ਕਈ ਇੱਦਾਂ ਮਤਲਬ ਬਾਹਰਲੇ ਵੀ ਆਉਂਦੇ ਇੱਥੇ ਇੰਡੀਆ 'ਚ ਵਿੱਚ ਪੜ੍ਹਨ ਆਉਂਦੇ ਆ, ਤੇ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਜੇ ਇੰਡੀਆ 'ਚ ਹਾਇਰ ਸਟੱਡੀ ਕਰਨੀ ਆ ਤਾਂ ਇੰਡੀਆ 'ਚ ਹੀ ਕਰਨੀ ਆ, ਕਿਉਂਕਿ ਇੰਡੀਆ ਦੇ ਜਿਹੜੇ
ਇੱਥੋਂ ਜਿਹੜੇ ਪੜ੍ਹ ਕੇ ਜਾਂਦੇ ਉਹ ਬਾਹਰ ਉਹ ਵੱਡੀਆਂ ਪੋਸਟਾਂ ਦੇ ਵਿੱਚ ਲੱਗਦੇ। ਹੁਣ ਜਿੱਦਾਂ ਤੁਸੀਂ ਤਕਰੀਬਨ 10 ਕਲਾਸਾਂ ਪੂਰੀਆਂ ਕਰ ਲਈਆਂ, ਹਾਂਜੀ, ਹੁਣ ਮੈਡੀਕਲ ਸਟੱਡੀ ਲਈ ਤੁਸੀਂ ਬਾਹਰ ਜਾਣਾ, ਕਿਉਂਕਿ ਇਹਨਾਂ ਫਰੈਂਡਸ ਦੇ ਉੱਤੋਂ ਫਰੈਂਡ ਦੇ ਕੋਲੋਂ ਤੁਸੀਂ ਦੂਰ ਚਲ ਜਾਣਾ, ਇਹਨਾਂ ਫਰੈਂਡਸ ਬਾਰੇ ਤੁਹਾਨੂੰ ਪਤਾ ਸੀ ਵੀ ਇਹਦੇ 'ਚ ਆਹ ਆਦਤਾਂ ਆ, ਆਹ ਚੰਗੀਆਂ ਆ, ਚੰਗਿਆਈਆਂ, ਆਹ ਬੁਰਾਈਆਂ। ਹਾਂਜੀ, ਮੈਡੀਕਲ ਫੀਲਡ ਵਿੱਚ ਤੁਸੀਂ ਜਾਣਾ, ਕਿਤੇ ਆਪਣੇ ਘਰ ਤੋਂ ਬਾਹਰ ਜਾਣਾ, ਆਪਣੇ ਇਲਾਕੇ ਤੋਂ ਬਾਹਰ ਜਾਣਾ, ਆਪਣੇ ਡਿਸਟ੍ਰਿਕਟ ਤੋਂ ਬਾਹਰ ਕੀ ਆਪਣੀ ਸਟੇਟ ਤੋਂ ਬਾਹਰ ਵੀ ਜਾਣਾ ਪੈ ਸਕਦਾ, ਉੱਥੇ ਤੁਹਾਨੂੰ ਹੁਣ ਨਵੇਂ ਫਰੈਂਡ ਮਿਲਣੇ ਆ, ਕਿਉਂਕਿ ਉਹਨਾਂ ਨੇ ਵੀ ਆਪਣੇ ਜਿਹੜੇ ਪੁਰਾਣੇ ਫਰੈਂਡ ਉਹ ਛੱਡੇ ਆਉਂਦੇ, ਉਹਨਾਂ ਨੇ ਵੀ ਆਪਣਾ ਤੁਹਾਡੇ ਨਾਲ ਅਟੈਚਮੈਂਟ ਬਣਾਉਣੀ, ਤੁਸੀਂ ਕੋਈ ਨਵਾਂ ਫਰੈਂਡ ਬਣਾਓਗੇ। ਤੁਸੀਂ ਕੀ ਚਾਹੁੰਦੇ ਆ ਵੀ ਤੁਹਾਡੇ ਫਰੈਂਡ ਦੇ ਵਿੱਚ ਕੀ ਕੁਆਲਿਟੀਜ਼ ਹੋਣ? ਮੈਂ ਦੇਖੋ ਜਿੱਦਾਂ ਮੈਂ ਜਿੱਦਾਂ ਮੇਰਾ ਪੂਰਾ ਪਰਿਵਾਰ ਹੀ ਆਪਾਂ ਨਸ਼ਿਆਂ ਤੋਂ ਦੂਰ ਰਹੇ ਹਾਂ, ਤੇ ਮੈਂ ਵੀ ਇਹੀ ਚਾਹੁੰਦਾ ਵੀ ਮੇਰੇ ਜਿਹੜੇ ਨਵੇਂ ਫਰੈਂਡਸ ਆ ਉਹ ਵੀ ਨਸ਼ਿਆਂ ਤੋਂ ਦੂਰ ਰਹਿਣ, ਤੇ ਉਹਨਾਂ ਦਾ ਵੀ ਪੜ੍ਹਾਈ ਲਿਖਾਈ ਵਿੱਚ ਜਿੱਦਾਂ ਮਤਲਬ ਵਧੀਆ ਪੜ੍ਹਾਈ ਲਿਖਾਈ ਵਿੱਚ ਹੀ ਧਿਆਨ ਹੋਵੇ ਉਹਨਾਂ ਦਾ। ਇਹ ਮੈਂ ਆਪਣੇ ਫਰੈਂਡਸ ਦੇ ਵਿੱਚ ਚਾਹੁੰਦਾ ਵੀ ਉਹ ਮੇਰੀ ਤਰ੍ਹਾਂ ਹੀ ਹੋਣ। ਆਪਾਂ ਪੜ੍ਹਾਈ ਦੀਆਂ ਬਹੁਤ ਗੱਲਾਂ ਕਰ ਲਈਆਂ ਤੁਹਾਡੇ ਵਾਲੀਆਂ, ਹੁਣ ਤੁਹਾਡੇ ਨਿੱਜੀ ਗੱਲਾਂ ਕਰਾਂਗੇ, ਤੁਹਾਨੂੰ ਹੋਰ ਕਿਹੜੀਆਂ ਕਿਹੜੀਆਂ ਪੜ੍ਹਾਈ ਤੋਂ ਇਲਾਵਾ ਹੋਬੀਜ਼ ਨੇ? ਮੈਨੂੰ ਮੇਰਾ ਖੇਡਾਂ ਦੇ ਵਿੱਚ ਵੀ ਮੇਰੀ ਰੁਚੀ ਹੈ, ਤੇ ਮੈਂ ਭੰਗੜੇ ਦਾ ਵੀ ਸ਼ੌਕੀਨ ਹਾਂ, ਤੇ ਮੈਂ ਭੰਗੜੇ ਦੇ ਵਿੱਚ ਵੀ ਆਪਣਾ ਜਿੱਦਾਂ ਕੋਸ਼ਿਸ਼ ਕੀਤੀ ਸੀ ਵੀ ਮੈਂ ਭੰਗੜਾ ਸਿੱਖਾਂ, ਤੇ ਮੈਂ ਭੰਗੜਾ ਵੀ ਸਿੱਖਿਆ ਲੋਕਡਾਊਨ ਦੇ ਵਿੱਚ ਹੀ ਇੱਦਾਂ ਸਭ ਕੁਛ। ਘਰੇ ਮਾੜੀ ਮੋਟੀ ਖੇਤੀਬਾੜੀ ਕਰ ਲੈਂਦੇ ਆ? ਹਾਂਜੀ, ਸਾਡੇ ਜਿੱਦਾਂ ਮੇਰੇ ਪਾਪਾ ਦੇ ਜਿਹੜੇ ਨਾਨਕੇ ਉੱਥੇ ਸਾਡੇ ਖੇਤ ਆ, ਤੇ ਆਪਾਂ ਕਣਕ ਕੁਣਕ ਬੀਜੀ ਹੈ, ਤੇ ਉੱਥੇ ਵੀ ਜਾਈਦਾ ਹਫ਼ਤੇ ਕੁ ਦੋ ਹਫ਼ਤੇ ਬਾਅਦ ਉੱਥੇ ਦੇਖ ਆਈਦਾ ਉਹਨਾਂ ਨੂੰ। ਜਾਂਦੇ ਜਾਂਦੇ ਜਿਹੜੇ ਤੁਹਾਡੇ ਹਮ ਉਮਰ ਦੇ ਸਾਥੀ ਆ, ਉਹਨਾਂ ਨੂੰ ਸਾਡੇ ਮਾਧਿਅਮ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ? ਮੈਂ ਜਿਹੜੇ ਹਮ ਉਮਰ ਨੂੰ ਇਹੀ ਜਿਹੜੇ ਮੇਰੇ ਸਾਥੀ ਉਹਨਾਂ ਨੂੰ ਮੈਂ ਇਹੀ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਤੁਹਾਡੀ ਹੁਣ ਉਮਰ ਵਾ, ਫਿਰ ਵੀ ਤੁਸੀਂ ਕੁਛ ਵਧੀਆ ਸੋਚੋ, ਤੁਸੀਂ ਸੋਚੋ ਕਿ ਤੁਸੀਂ ਕੀ ਬਣਨਾ ਚਾਹੁੰਦੇ, ਜੋ ਤੁਹਾਡੇ ਲਈ ਵਧੀਆ ਹੈ ਤੁਸੀਂ ਉਹੀ ਕੰਮ ਕਰੋ, ਤੇ ਤੁਸੀਂ ਆਪਣੇ ਦੇਸ਼ ਲਈ ਕੁਛ ਕਰੋ, ਤੁਸੀਂ ਨਸ਼ਿਆਂ ਤੋਂ ਦੂਰ ਰਹੋ, ਕੋਈ ਇੱਦਾਂ ਮਾੜੇ ਗਲਤ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਨਾ ਚੰਗੀ ਤਰ੍ਹਾਂ ਨਾ ਵਾੜੋ, ਤੇ ਤੁਸੀਂ ਕੋਈ ਵਧੀਆ ਕੰਮ ਕਰੋ, ਚੰਗੇ ਸਾਡੇ ਸਮਾਜ ਲਈ, ਜਿਹੜਾ ਇੱਕ ਸਾਡੇ ਸਮਾਜ ਲਈ ਇੱਕ ਵਧੀਆ ਇੰਸਪੀਰੇਸ਼ਨ ਬਣੋ, ਤੁਸੀਂ ਜਿਹੜੇ ਹੋਰ ਵੀ ਆਉਣ ਵਾਲੀ ਪੀੜ੍ਹੀ ਉਹਦੇ ਲਈ ਵੀ ਤੁਸੀਂ ਕੁਛ ਇੱਦਾਂ ਇੰਸਪੀਰੇਸ਼ਨ ਬਣੋ। ਇਹ ਸਨ ਸ਼ੁਭਕਾਨ ਸਿੰਘ, ਇਹ ਹੁਣ ਜਿਹੜਾ ਆ ਇਹਨਾਂ ਨੇ 10ਵੀਂ ਕਰ ਲਈ ਆ, ਆਪਣੇ ਜੀਵਨ ਵਿੱਚ ਅੱਗੇ ਹੋਰ ਪਲਾਂਘਾਂ ਪੱਟਣੀਆਂ ਆ, ਤਾਂ ਇਹ ਇਹਨਾਂ ਦੇ ਨਿੱਜੀ ਵਿਚਾਰ ਸਨ। ਆਪਣੀ ਹਮ ਉਮਰ ਨੂੰ ਇਹਨਾਂ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਵੀ ਸਾਨੂੰ ਉਸਾਰੂ ਕੰਮ ਕਰਨੇ ਚਾਹੀਦੇ ਆ ਵੀ ਜਿਸ ਨਾਲ ਸਾਡਾ ਜਿਹੜਾ ਸਮਾਜ ਵਾ ਅੱਗੇ ਵੱਧ ਸਕੇ। ਤੁਸੀਂ ਦੇਖ ਰਹੇ ਸੀ ਪੰਜਾਬੀ ਸਟੂਡੀਓ, ਦੇਖਦੇ ਰਹੋ, ਹੱਸਦੇ ਰਹੋ, ਵੱਸਦੇ ਰਹੋ।